الحمد لله الحمد والمدح والمجد بالحق وحده لا شريك له ولا فريق له شهادة أن لا إله إلا الله وشهادة أن محمدا عبده ورسوله أما بعد فأعوذ بالله من الشيطان الرجيم بسم الله الرحمن المساجد لله فلا تدعوا مع الله أحدا اللهم صل على محمد وعلى آل محمد كما صليت على إبراهيم وعلى آل إبراهيم إنك حميد مجيد بحمد الله وبفضل الله اللہ کی بنائی ہوئی زمین پر اللہ کا گھر بنانے والے اللہ کی توفیق سے ہی بناتے ہیں رب کی توفیق نہ ہو تو بنے ہوئے رب کے گھر میں بھی کوئی نہیں آ سکتا اور اگر اللہ کی توفیق ہو تو اپنا بنا ہوا گھر توڑ کے اللہ کا گھر بھی بنایا جا سکتا ہے مسجد بنانا یہ انبیاء کی سنت ہے اور مسجد میں اللہ کی عبادت کرنا یہ تمام انبیاء کا متفقہ اعلان اور پیغام ہے مشرقین قبروں کو مساجد کا درجہ دیتے تھے دعاؤں کی قبولیت کے لیے اور اپنی امیدوں کا مرکز انبیاء اور صلحاء کی قبروں کو بناتے تھے اور انبیاء کرام دعا کی قبولیت کا مقام اللہ کے گھر کو بناتے تھے ایک مسجد بنائی گئی میری آواز میں اگر اپنی زبان میں بات کر لوں تو آپ کو سمجھ آ جائے گی میری زبان بھی آپ سے ملتی جلتی ہے مسجد اور پھر تمام مساجد کی سردار مسجد یعنی بیت اللہ اس کی تعمیر کی چھوٹی سی میں جھلک آپ کے سامنے رکھنا چاہتا ہوں ابراہیم علیہ السلام نے اللہ کو بیٹا منگیا کہ فرمایا رب ابلی من الصالحین اے اللہ رب ابلی من الصالحین جی پتر جمے تے سارے نالوں پہلے پتر سکھایا جاتا ہے چونکہ دنیا میں ضرورت ماں دے دم کول پوری ہوندی ہے کلمہ پڑھن والے نو سارے نال پہلے رب دا تعارف کرایا جاتا ہے تیری دنیا تے آخرت دی ضرورت دا مالک رب ہے پیغمبر کے پیادا پتر دی لوڑ ہے اولاد دی لوڑ ہے نبیاں نو منن والے دا طریقہ وہ ہونا چاہیدا ہے جیڑا ابراہیم علیہ السلام دا طریقہ ہے او کیا دیکھ لینا رب حبلی اے اللہ میں پتر تے تیرے کول منگنا ہے تے نال اپنے نوح علیہ السلام نبی دا واسطہ وی نہیں دیندا آدم علیہ السلام دا وسیلہ تے ہاڑا تے طفیل وی نہیں دیندا جیڑا نیڑے انہوں سدنے آئے رب حبلی تے اللہ
ਸਨੀ ਘਰ ਸਕੀਂਦੇ ਹਾਂ ਬੋਲੀ ਪੰਜ ਮਰਲੇ ਦਾ ਮਕਾਨ ਲਵਣ ਤੋਂ ਬਾਅਦ ਤਹਿਸੀਲਦਾਰ ਮੇਰੇ ਕੋਲੋਂ ਰਜਿਸਟਰੀ ਤੇ ਇੰਤਕਾਲ ਦੇ ਪੈਸੇ ਨਹੀਂ ਭਰ ਸਕੀਂਦੇ ਮੈਨੂੰ ਹਿਬਾ ਕਰ ਛੋੜ ਸਾਡਾ ਹਿਬਾ ਲਿਖ ਲੈ ਅੱਲਾ ਨੂੰ ਨਬੀ ਪਿਆਦਾ ਹੈ ਹਬਲੀ ਮੇਨਾ ਸਾਲੇ ਦੁਆਵਾਂ ਵੀ ਤੇਰੇ ਕੋਲੋਂ ਕਰਨੀਆਂ ਤੇ ਬਗੈਰ ਵਸੀਲੇ ਤੂੰ ਕਰਨੀਆਂ ਕਿਉਂਕਿ ਦੁਆਵਾਂ ਸੁਣਨ ਵਾਲਾ ਵੀ ਤੂੰ ਹੈ ਤੇ ਕਬੂਲ ਕਰਨ ਵਾਲਾ ਸੁਭਾਨ ਅੱਲਾਹ اذا مررتم برياض الجنه فرتاؤ جب تم جنت کے باغوں کے پاس سے گزرو تو کچھ کھا پی لیا کر کیا کھائیں جی فرمایا سبحان اللہ الحمدللہ اللہ اکبر جنت دے باغ وچ بیٹھ کے جنت دے میوے کھادی رکھنے چاہیے نا کو سبحان اللہ سبحان اللہ اللہ اکبر ابراہیم علیہ السلام کو اللہ نے بیٹا عطا کیا ਪੁੱਤਰ ਮਿਲ ਗਿਆ ਤੇ ਨਾਲ ਨੇਕ ਪੁੱਤਰ ਮਿਲ ਗਿਆ ਨੇਕ ਉਹੀ ਹੁੰਦਾ ਨਾ ਜਿਹਦੇ ਅੰਦਰ ਅਕੀਦਾ ਤੌਹੀਦ ਹੀ ਹੋਵੇ ਅਕੀਦਾ ਰਿਸਾਲਤ ਹੀ ਹੋਵੇ ਸਭ ਨਾਲੋਂ ਵੱਡੀ ਨੇਕੀ ਅਕੀਦਾ ਤੌਹੀਦ ਹੱਜ ਹੋਵੇ ਨਮਾਜ਼ ਹੋਣ ਰੋਜ਼ੇ ਹੋਣ ਤੇ ਰੱਬ ਦੀ ਸਿਆਣ ਹੋਵੇ ਤੇ ਅਮਲਾਂ ਦਾ ਕੋਈ ਫਾਇਦਾ ਕੋਈ ਨਹੀਂ ਅੱਲਾ ਨੇ ਫਰਮਾਇਆ ਜਿਹੜੇ ਵੇਲੇ ਬੇਟਾ ਚੱਲਰ ਫਿਰਨ ਜੋਗਾ ਹੋ ਗਿਆ ਅਸਾਂ ਇਬਰਾਹੀਮ ਅਲੈਹਿਸ ਸਲਾਮ ਨੂੰ ਹੁਕਮ ਦਿੱਤਾ ਕਿ ਜਾਓ ਬੇਟੇ ਨੂੰ ਇਹੋ ਜਿਹੀ ਜਗ੍ਹਾ ਤੇ ਛੋੜ ਕੇ ਆਓ ਜਿੱਥੇ ਅੱਜ ਤੱਕ ਹੀ ਕੋਈ ਸਬਜ਼ਾ ਵੀ ਕੋਈ ਨਹੀਂ ਹੋਇਆ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਆਪਣੇ ਪੁੱਤਰ ਨੂੰ ਲੈ ਕੇ ਤੇ ਨਾਲ ਆਪਣੀ ਬੀਵੀ ਨੂੰ ਲੈ ਕੇ ਉਸ ਮਕਾਮ ਤੇ ਪਹੁੰਚ ਗਏ ਜਿਹੜੇ ਬਿਲਕੁਲ ਨਾ ਆਬਾਦ ਮਕਾਮ ਹੈ ਗੈਰ ਆਬਾਦ ਮਕਾਮ ਹੈ ਮਸਜਿਦਾਂ ਬਣਾਉਣ ਵਾਸਤੇ ਨਬੀਆਂ ਨੂੰ ਘਰ ਛੋੜਨਾ ਪੈਂਦਾ ਹੈ ਇਬਰਾਹੀਮ ਅਲੈਹਿਸ ਸਲਾਮ ਨੇ ਵੀ ਘਰ ਛੋੜਿਆ ਤੇ ਮੁਹੰਮਦ ਰਸੂਲੁੱਲਾ ਨੇ ਵੀ ਘਰ ਛੋੜਿਆ ਰੱਬ ਦੇ ਘਰ ਬਣਾਉਣ ਵਾਸਤੇ ਆਪਣੇ ਘਰਾਂ ਦੀ ਪਰਵਾਹ ਨਹੀਂ ਰੱਖੀਦੀ ਤੇ ਜਦੋਂ ਰੱਬ ਦੇ ਘਰ ਬਣਵਾਈਣ ਵਤ ਬੰਦਿਆਂ ਦੇ ਦੁਨੀਆਂ ਵਿੱਚ ਵੀ ਘਰ ਬਣਵਾਈਂਦੇ ਤੇ ਆਖਰਤ ਵਿੱਚ ਵੀ ਟਿਕਾਣੇ ਬਣ ਇਬਰਾਹੀਮ ਅਲੈਹਿਸ ਸਲਾਮ ਨੇ ਹਜ਼ਰਤ ਇਸਮਾਈਲ ਅਲੈਹਿਸ ਸਲਾਮ ਤਵੱਜੋ ਹੈ ਭਾਈ ਜੀ ਮਾਸ਼ਾਅੱਲਾ ਮੈਂ ਐਵੇਂ ਹੀ ਸੁਭਾਨ ਅੱਲਾਹ ਬਿਆਨ ਕਰ ਰਿਹਾ ਤਵੱਜੋ ਰੱਖੋ ਜਿਤਨੀ ਦੇਰ ਇੱਥੇ ਬਸ ਹੋ ਇਨਸ਼ਾਅੱਲਾ ਇਹਦੀ ਤੁਹਾਨੂੰ ਮਜ਼ਦੂਰੀ ਮਿਲਣੀ ਹੈ ਕਿਆਮਤ ਵਾਲੇ ਦਿਨ ਅਸਲ ਮਜ਼ਦੂਰੀ ਕਿਆਮਤ ਵਾਲੇ ਦਿਨ ਦੀ ਸੁਭਾਨ ਅੱਲਾਹ ਹਜ਼ਰਤ ਇਸਮਾਈਲ ਅਲੈਹਿਸ ਸਲਾਮ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਜਿਹੜੇ ਵੇਲੇ ਉਸ ਮਕਾਮ ਤੇ ਪਹੁੰਚੇ ਥੋੜੀਆਂ ਜਿਹੀਆਂ ਖਜੂਰਾਂ ਹੈ ਥੋੜਾ ਜਿਹਾ ਪਾਣੀ ਨੇ ਆਪਣੀ ਬੀਵੀ ਨੂੰ ਤੇ ਛੋਟੇ ਜਿਹੇ ਬੱਚੇ ਨੂੰ ਉਸ ਮਕਾਮ ਤੇ ਜਿਹੜਾ ਕਾਬਾ ਟਖਨੇ ਤਰ੍ਹਾਂ ਉਭਰੀ ਹੋਈ ਜਗ੍ਹਾ ਹੈ ਸਫੈਦ ਰੰਗ ਦੀ ਜਗ੍ਹਾ ਹੈ ਨੂਹ ਅਲੈਹਿਸ ਸਲਾਮ ਨੇ ਤਾਮੀਰ ਕੀਤੀ ਤੋ ਫਿਰ ਨੂਹ ਅਲੈਹਿਸ ਸਲਾਮ ਦੀ ਕੌਮ ਤੇ ਆਉਣ ਵਾਲੇ ਪਾਣੀ ਦੀ ਸਿਲਾਬ ਦੀ ਵਜ੍ਹਾ ਤੋਂ ਉਹਦੀਆਂ ਦੀਵਾਰਾਂ ਗਿਰ ਗਈਆਂ ਲੇਕਿਨ ਬੁਨਿਆਦਾਂ ਰਹਿ ਗਈਆਂ ਇਬਰਾਹੀਮ ਅਲੈਹਿਸ ਸਲਾਮ ਨੇ ਬੇਟੇ ਨੂੰ ਛੋੜ ਦਿੱਤਾ ਹੈ ਤੇ ਨਾਲ ਬੀਵੀ ਨੂੰ ਵੀ ਛੋੜ ਦਿੱਤਾ ਹੈ ਤੇ ਜਿਹੜੇ ਵੇਲੇ ਛੋੜਿਆ ਵਾਪਸੀ ਚੱਲ ਪੈ ਬੀਵੀ ਪੁੱਛਦੀਏ ਸਾਨੂੰ ਕਿੱਥੇ ਛੋੜ ਕੇ ਚੱਲੇ ਹੋ ਇਬਰਾਹੀਮ ਅਲੈਹਿਸ ਸਲਾਮ ਜੰਗਲ ਬਯਾਬਾਨ ਦੇ ਅੰਦਰ ਆਬਾਦੀ ਵੀ ਕੋਈ ਨਹੀਂ ਨਾਲ ਕੋਈ ਹਮਸਾਇਆ ਵੀ ਕੋਈ ਨਹੀਂ ਕੋਈ ਟਿਕਾਣਾ ਵੀ ਕੋਈ ਨਹੀਂ ਤੇ ਤੁਸੀਂ ਸਾਨੂੰ ਛੋੜ ਕੇ ਲੈਂਦੇ ਪਿਓ ਇਬਰਾਹੀਮ ਅਲੈਹਿਸ ਸਲਾਮ ਬੁਲੈਂਦੇ ਵੀ ਨਹੀਂ ਤੇ ਕਈ ਗੱਲ ਕਰੇਂਦੇ ਵੀ ਨਹੀਂ ਤਾਂ ਜੋ ਅੰਮਾ ਹਾਜ਼ਰਾ ਨੇ ਸਵਾਲ ਕੀਤਾ ਅੱਲਾਹੁਲਜ਼ੀ ਅਮਰਕਾ ਬਿਹਾਜ਼ਾ ਕਿ ਨਹੀਂ ਤੁਹਾਨੂੰ ਅੱਲਾਹ ਤੋਂ ਹੁਕਮ ਨਹੀਂ ਦਿੱਤਾ ਜੋ ਆਪਣੀ ਔਲਾਦ ਨੂੰ ਤੇ ਆਪਣੀ ਬੀਵੀ ਨੂੰ ਛੋੜ ਕੇ ਆਓ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਫਰਮਾਇਆ ਨਾ ਅਮ ਬਿਲਕੁਲ ਇਹ ਗੱਲ ਤੂੰ ਪਈ ਕਰਨੀ ਹੈ ਇਬਰਾਹੀਮ ਅਲੈਹਿਸ ਸਲਾਮ ਜਾ ਰਹੇ ਨੇ ਅੰਮਾ ਹਾਜ਼ਰਾ ਆਖਣ ਲੱਗੀ ਜੇ ਰੱਬ ਹੁਕਮ ਦਿੱਤਾ ਹੈ ਤੇ ਵੱਧ ਸਾਡੀ ਹਿਫਾਜ਼ਤ ਜਾਣੇ ਤੇ ਸਾਡਾ ਰੱਬ ਸਾਨੂੰ ਕਰਸ਼ਾ ਦੀ ਲੋੜ ਇਬਰਾਹੀਮ ਅਲੈਹਿਸ ਸਲਾਮ ਉੱਚੀ ਪਹਾੜੀ ਤੇ ਨਜ਼ਰ ਰੱਖ ਕੇ ਜਾ ਰਹੇ ਨੇ ਜਿਹੜੇ ਵੇਲੇ ਪਹਾੜੀ ਤੇ ਪਹੁੰਚਣ ਉਸ ਵੇਲੇ ਅੱਲਾ ਨੇ ਇਜਾਜ਼ਤ ਦਿੱਤੀ ਹੈ ਕਿ ਹੁਣ ਤੁਸੀਂ ਦੁਆ ਕਰ ਸਕਦੇ ਹੋ ਇਬਰਾਹੀਮ ਅਲੈਹਿਸ ਸਲਾਮ ਉੱਥੇ ਖਲੋ ਕੇ ਕਿਹਾ ਦੇ ਖਲੇ ਨੇ ਰੱਬਨਾ ਇਨੀ ਅਸਕੰਤੁ ਮਿਨ ਜ਼ੁਰਿਯਤੀ ਬਿਵਾਦਿਨ ਬੈਤੇ ਕਲ ਮੁਹਰਮ ਅੱਲਾ ਸਈਆ ਮੈਂ ਤੇ ਔਲਾਦ ਵੀ ਛੋੜ ਦਿੱਤੀ ਮੈਂ
ते घर वाली नो छोड़ दिता, छोड़िया ताके तू राजी हो मन्ने। एक गल दसिया है ईमान नाल, अहले इलाका तक भी शायद आवाज जा रही है, अल्लाह दा नबी सद कई नू पिया मरेंदा है? बोलो अल्लाह। अच्छा सद तो अल्लाह नू मारे आ, अगर आदम अलैह सलाम के मुतल्लिक झूठी रिवायत आ सकती है कि उन्हें नबी पाक का वसीला दिता तो क्या इब्राहिम अलैह सलाम नाम दे सकते? सदना भी कई नू है ते बगैर वसीले है तो सदना। दुआ मंगी अल्लाह मैं अपनी औलाद नू छोड़ के जा रहा, ते क्यों छोड़ के जा रहा? ताके नमाजी बनवाने, तेरे अगे झुकण वाले बनवाने। ता ता अल्लाह करीम ने फरमाया अन्नल मसाजिद लिल्लाह फला तदउ अल्लाह अहदा। मसीता अल्लाह दा घर ते अल्लाह दे घर विच अल्लाह तो इलावा कह दे पुकार जाए। बोलो। बंदा एक गली विचो गुजरे, कारी अब्दुल अजीज साहब दा घर न होवे, कारी अब्दुल अजीज साहब दे मुखालिफ सिमत दे घर दे बाहरों आवाज़ लावे, ए कारी साहब मेरी गल सुनो, कारी साहब मेरी गल सुनो। जेड़ा बंदा अंदरों निकलदा है वादा हजरत जी ये कारी साहब दा घर नहीं, इत्थे खलोना है ते सानू सदो, ये कारी साहब नू सदना है ते दूसरी जगह ते वन के सदो। अल्लाह करीम फरमा दे अन्नल मसाजिद लिल्लाह, मसीता विच खलो के अल्लाह दे नबियां नू सदना, मसीता विच खलो के अल्लाह दे वलियां नू सदना, मसीता विच खलो के या अली मदद या अब्बास मदद दे नारे मारना, मसीता विच खलो के अल्लाह दे नबियां दी पुकार, मसीता विच खलो के पीर अब्दुल कादर जिलानी दी पुकार। अल्लाह दा कुरान दा अन्नल मसाजिद लिल्लाह, ओ मसीता विच आए करो ते मसीता दे मालिक रब नू सदया करो, ते रब दे नाल किसे होर नू ना सदया करो, वगरना तुहाडी इबादत कीती वी काबिल कबूल कोई नहीं, तुहाडियां मसीतां दी तामीर वी काबिल कबूल कोई नहीं। मस्जिद रब दी ते पुकार वी कल्ले रब दी।